ਸਸਿਕਲ ਜੀ ਸਾਰਿਆਂ ਨੂੰ ਅ ਵੋਟਾ ਨਾਮ ਹਾਲ ਚੱਲ ਹੀ ਰਿਹਾ ਤੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਹਲਕਾ ਪੁੱਛੋ ਦੇ ਸਾਰੇ ਉਮੀਦਵਾਰਾਂ ਦੇ ਬਾਰੇ ਗੱਲ ਕੀਤੀ ਸੀ ਤੇ ਅੱਜ ਦੀ ਜਿਹੜੀ ਆਪਾਂ ਵੀਡੀਓ ਦੇ ਵਿੱਚ ਗੱਲ ਕਰਨੀ ਆ ਉਹ ਬਠਿੰਡਾ ਸ਼ਹਿਰੀ ਦੇ ਜਿਹੜੇ ਮੇਨ ਉਮੀਦਵਾਰ ਆ ਉਹਨਾਂ ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਜਗਰੂਪ ਸਿੰਘ ਗਿੱਲ ਸਰੂਪਚੰਦ ਸਿੰਘਲਾ ਤੇ ਰਾਜਕੁਮਾਰ ਨੰਬਰਦਾਰ ਉਹਨਾਂ ਦੇ ਬਾਰੇ ਚਾਰ ਕੈਂਡੀਡੇਟ ਆ ਉਹਨਾਂ ਦੀ ਆਪਾਂ ਡਿਟੇਲਸ ਲਵਾਂਗੇ ਆ ਲਾਸਟ ਵੀਡੀਓ ਦੇ ਵਿੱਚ ਵੀ ਵੈਸੇ ਮੈਂ ਦੱਸਿਆ ਸੀ ਮੇਰੀ ਏਜ ਇਨਫੋਰਮੇਸ਼ਨ ਦਾ ਜਿਹੜਾ ਸੋਰਸ ਹੈ ਉਹ ਮਾਈਨੇਤਾ.ਇਨਫੋ ਕਰਕੇ ਇੱਕ ਵੈਬਸਾਈਟ ਹੈ ਉਸ ਦੇ ਉੱਪਰੋਂ ਇਹ ਜੋ ਡਿਟੇਲ ਹੈ ਤੁਸੀਂ ਵੀ ਲੈ ਸਕਦੇ ਹੋ ਮਾਈਨੇਤਾ.ਇਨਫੋ ਉਸ ਵੈਬਸਾਈਟ ਤੇ ਜਾਓਗੇ ਤੁਸੀਂ ਪੰਜਾਬ 2022 ਪਰੋਂਗੇ ਤਾਂ ਉੱਥੇ ਡਿਟੇਲ ਮਿਲ ਜੇਗੀ ਆ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਮਨਪ੍ਰੀਤ ਸਿੰਘ ਬਾਦਲ ਦੇ ਬਟਿੰਡਾ ਸ਼ਹਿਰੀ ਤੋਂ ਉਮੀਦਵਾਰ ਨੇ ਉਮਰ 60 ਸਾਲ ਹੈ ਕੁੱਦਾ ਜਿਹੜਾ ਉਹਨਾਂ ਦਾ ਹਲਕਾ ਹੈ ਉਹ ਲੰਬੀ ਪੈਂਦਾ 83 ਨੰਬਰ ਯਾਨੀ ਕਿ ਉਹਨਾਂ ਦੀ ਖੁਦ ਦੀ ਵੋਟ ਉੱਥੇ ਪੋਲ ਹੋਏਗੀ ਜਿਹੜੀ ਐਸੈਟ ਦੀ ਆਪਾਂ ਗੱਲ ਕਰੀਏ ਜਾਇਦਾਦ ਦੀ ਉਹ 72 ਕਰੋੜ ਦੀ ਹੈ ਤੇ ਜੋ ਲਾਇਬਿਲਟੀਆਂ ਨੇ ਕਰਜ਼ੇ ਨੇ ਉਹ 2 ਕਰੋੜ ਦੇ ਐਜੂਕੇਸ਼ਨ ਦੀ ਜੇ ਗੱਲ ਕਰੀਏ ਤਾਂ ਗ੍ਰੈਜੂਏਟ ਪ੍ਰੋਫੈਸ਼ਨਲ ਨੇ ਬੈਚਲਰ ਆਫ ਆਰਟਸ ਕੀਤੀ ਹੋਈ ਹੈ ਹਿਸਟਰੀ ਦੀ ਯਾਨੀ ਕਿ ਸੈਂਟ ਸਟੀਫਨ ਕਾਲਜ ਦਿੱਲੀ ਤੋਂ 1984 ਦੇ ਉੱਪਰ ਇਹਨਾਂ ਨੇ ਬੀਏ ਕੀਤੀ ਸੀ ਹਿਸਟਰੀ ਦੇ ਵਿੱਚ ਤੇ ਬੈਚਲਰ ਆਫ ਲਾਜ਼ ਯੂਨੀਵਰਸਿਟੀ ਕਾਲਜ ਲੰਡਨ ਈਅਰ 1987 1987 ਦੇ ਵਿੱਚ ਇਹਨਾਂ ਨੇ ਐਲ ਐਲ ਬੀ ਕੀਤੀ ਸੀ ਲੰਡਨ ਤੋਂ ਆਪਾਂ ਗੱਲ ਕਰਦੇ ਹਾਂਗੇ ਟੋਟਲ ਡਿਟੇਲ ਦੀ ਕੁਝ ਬੈਂਕ ਖਾਤਿਆਂ ਦੀ ਜਾਣਕਾਰੀ ਹੁੰਦੀ ਹੈ ਜੋ ਸ਼ੇਅਰਸ ਵਗੈਰਾ ਨੇ ਉਹਨਾਂ ਦੀ ਵੀ ਜਾਣਕਾਰੀ ਹੈ ਵਹੀਕਲ ਹੁੰਦੇ ਨੇ ਟਰੈਕਟਰ ਹੈ ਕੁਝ ਜੋਂਗਾ ਜੀਪ ਫੋਰਚੂਨਰ ਕਾਰ ਇਨੋਵਾ ਐਨ ਟੋਟਲ ਇਹਦੇ ਵਿੱਚ ਜੋ ਜਾਣਕਾਰੀ ਹੈ ਕਿ ਐਚ ਯੂ ਐਫ ਹੁੰਦਾ ਜਿਹੜਾ ਹਿੰਦੂ ਅਨਡਿਵਾਈਡਿਡ ਫੈਮਿਲੀ ਜੋ ਕਿ ਪੂਰੀ ਫੈਮਿਲੀ ਦਾ ਇੱਕ ਹੁੰਦਾ ਉਹਦੇ ਵਿੱਚ ਜੋ ਵੈਲਿਊ ਦਿਖਾਈ ਗਈ ਉਹ 8 ਕਰੋੜ ਹੈ ਸੈਲਫ ਦੀ 14 ਲੱਖ ਸਪਾਉਸ ਦੀ ਯਾਨੀ ਕਿ ਵਾਈਫ ਦੀ 36 ਲੱਖ ਰੁਪਏ ਦਿਖਾਈ ਗਈ ਹੈ ਜੋ ਪ੍ਰਾਪਰਟੀ ਹੈ ਪ੍ਰਾਪਰਟੀ ਦੀ ਜਿਹੜੀ ਟੋਟਲ ਵੈਲਿਊ ਆ ਉਹ ਐਚਓਈਐਫ ਦੀ 29 ਕਰੋੜ ਹੈ ਖੁਦ ਦੀ 1 ਕਰੋੜ ਹੈ ਐਂਡ ਸਪਾਉਸ ਦੀ 32 ਕਰੋੜ ਹੈ ਆ ਜੇਕਰ ਗੱਲ ਕਰੀ ਕੋਈ ਕੇਸ ਵਗੈਰਾ ਨਹੀਂ ਤਾਂ ਕੇਸ ਇਹਨਾਂ ਦੇ ਉੱਪਰ ਕੋਈ ਨਹੀਂ ਚੱਲ ਰਿਹਾ ਅਗਲੀ ਆਪਾਂ ਗੱਲ ਕਰਦੇ ਆ ਆ ਆਮ ਆਦਮੀ ਪਾਰਟੀ ਤੋਂ ਜੋ ਉਮੀਦਵਾਰ ਨੇ ਜਗਰੂਪ ਸਿੰਘ ਗਿੱਲ ਉਹਨਾਂ ਦੀ ਗੱਲਬਾਤ ਕਰਦੇ ਆ ਆ ਬਟਿੰਡਾ ਅਰਬੰਦੀ ਰਹਿਣ ਵਾਲੇ ਨੇ 92 ਨੰਬਰ ਕੰਸਟੀਟੂਐਂਸੀ ਦੇ ਐਂਡ ਉਮਰ 69 ਸਾਲ ਤੇ profession ਜੋ ਹੈ ਐਡਵੋਕੇਟ ਨੇ ਕਿਉਂਕਿ ਇਸ ਤੋਂ ਪਹਿਲਾਂ ਉਹ ਐਡਵੋਕੇਟ ਸੀਗੇ ਐਂਡ ਜੋ profession ਉਹਨਾਂ ਦਾ ਐਡਵੋਕੇਟ ਐਂਡ ਐਗਰੀਕਲਚਰਿਸਟ ਹੀ ਹੈ ਐਸਟ ਦੀ ਗੱਲ ਕਰੀ ਤਾਂ ਟੋਟਲ 13 ਕਰੋੜ ਦੀ ਜਾਇਦਾਦ ਹੈ ਲਾਇਬਿਲਿਟੀਆਂ ਦੀ ਗੱਲ ਕਰੀ ਤਾਂ ਟੋਟਲ 32 ਲੱਖ ਰੁਪਏ ਦੇ ਕਰਜ ਨੇ ਪੜ੍ਹਾਈ ਦੀ ਗੱਲ ਕਰੀ ਤੇ ਮਨਪ੍ਰੀਤ ਬਾਦਲ ਦੀ ਤਰ੍ਹਾਂ ਹੀ ਬੀਏ ਐਲਐਲਬੀ ਹੈ ਐਲਐਲਬੀ ਆਗਰਾ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ 1976 ਦੇ ਵਿੱਚ ਤੇ ਅੱਗੇ ਥੋੜਾ ਜਿਹਾ ਆਪਾਂ ਡੀਪਲੀ ਜਾਵਾਂਗੇ ਕੋਈ ਕ੍ਰਿਮੀਨਲ ਕੇਸ ਈ ਆ ਕੋਈ ਐਫਆਈਆਰ ਜਾਂ ਕੋਈ ਕੇਸ ਵਗੈਰਾ ਨਹੀਂ ਹੈਗਾ ਐਨ ਡਿਟੇਲ ਕਾਰ ਦੇ ਵਿੱਚ ਹੈ ਤਾਂ ਮਰੂਤੀ ਵੈਗਨ ਆ ਇੱਕ ਕਾਰ ਸ਼ੋ ਕੀਤੀ ਹੋਈ ਹੈ ਤੋ ਅਗਰ ਸਾਰੀ ਜ਼ਮੀਨ ਜਾਇਦਾਦ ਦੀ ਗੱਲ ਕਰੀਏ ਤਾਂ ਐਚੀਐਫ 4 ਕਰੋੜ ਸੈਲਫ 5 ਕਰੋੜ ਐਂਡ ਸਪਾਊਸ 2 ਕਰੋੜ ਐਂਡ ਨੈਕਸਟ ਅਪਰ ਚੱਲਦੇ ਹਾਂ ਸਰੂਪ ਚੰਦ ਸਿੰਘਲਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਨੇ ਬਟਿੰਡਾ ਸ਼ਹਿਰ ਦੇ ਹੀ ਰਹਿਣ ਵਾਲੇ ਨੇ ਉਮਰ 61 ਸਾਲ ਐਂਡ ਐਸੈਟ ਦੀ ਗੱਲ ਕਰੀਏ ਤਾਂ 18 ਕਰੋੜ ਦੀ ਟੋਟਲ ਜਾਇਦਾਦ ਹੈ ਐਂਡ ਲਾਇਬਿਲਟੀਜ਼ ਦੀ ਗੱਲ ਕਰੀ ਤਾਂ 1 ਕਰੋੜ ਦਾ ਕਰਜ਼ ਹੈ ਅ এডਿਕੇਸ਼ਨ ਦੀ ਗੱਲ ਕਰੀਏ ਤਾਂ 8ਵੀਂ ਪਾਸ ਨੇ 10ਵੀਂ ਫੇਲ ਨੇ ਵਾਜਾਖਾਨਾ ਤੋਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਵਾਜਾਖਾਨਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪੈਂਦਾ 1979 ਦੇ ਵਿੱਚ 10ਵੀਂ ਫੇਲ ਹੈ ਅ ਨੰਬਰ ਆਫ ਕ੍ਰਿਮੀਨਲ ਕੇਸਸ 2 ਹੈ ਐਂਡ ਪੈਨਸ਼ਨ ਸਕੀਮ ਦੇ ਅੰਡਰ ਵੀ ਆਂਦੇ ਨਹੀਂ ਕਿਉਂਕਿ ਪਹਿਲਾਂ ਵੀ ਐਕਸ ਐਮ ਐਲ ਏ ਰਹਿ ਚੁੱਕੇ ਨੇ ਸੋ ਐਕਸ ਐਮ ਐਲ ਏ ਪੈਨਸ਼ਨ ਸਕੀਮ ਦੇ ਅੰਡਰ ਵੀ ਆਂਦੇ ਨੇ ਤੋ ਕੁਝ ਬਾਕੀ ਡਿਟੇਲ ਹੈ ਜਾਇਦਾਦ ਵਗੈਰਾ ਦੀ ਹੈ ਬਟ ਆਪਾਂ ਮੋਟੀ ਡਿਟੇਲ ਦੇ ਬਾਅਦ ਗੱਲ ਕਰਾਂਗੇ ਟੋਟਲ ਐਚਓਐਫ ਦੀ ਜੋ ਵੈਲਿਊ ਹੈ ਉਹ 65 ਲੱਖ ਰੁਪਏ ਹੈ ਸੈਲਫ ਦੀ ਜਾਇਦਾਦ 3 ਕਰੋੜ ਐਂਡ ਸਪਾਊਸ ਦੀ ਜਾਇਦਾਦ 1 ਕਰੋੜ ਐਫਿਡੇਵਿਟ ਦੇ ਅਕੋਰਡਿੰਗਲੀ ਅੱਗੇ ਕੁਝ ਐਗਰੀਕਲਚਰ ਵਗੈਰਾ ਲੈਂਡ ਹੈ ਜਾਂ ਕੋਈ ਨਾਨ ਅਗ੍ਰਿਕਸ਼ਰ ਐਂਡ ਆਇਆ ਕੋਈ ਕਮਰਸ਼ੀਅਲ ਬਿਲਡਿੰਗ ਆ ਉਹਦੀ ਵੀ ਡਿਟੇਲ ਦਿੱਤੀ ਹੋਈ ਜਾਦਾ ਜਾਣਕਾਰੀ ਤੁਸੀਂ ਵੈਬਸਾਈਟ ਤੇ ਦੇਖ ਸਕਦੇ ਹੋ ਜੇ ਤੁਸੀਂ ਪ੍ਰੋਪਰ ਕੱਲੀ ਕੱਲੀ ਚੀਜ਼ ਦੇਖਣੀ ਆ ਆਪਾਂ ਜਿਆਦਾ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ ਐਂਡ ਨੈਕਸਟ ਜਿਹੜੇ ਲਾਸਟ ਉਮੀਦਵਾਰ ਨੇ ਉਹਨੇ ਭਾਰਤੀ ਜਨਤਾ ਪਾਰਟੀ ਤੋਂ ਰਾਜਕਮਰ ਜਿੰਨਾਂ ਨੂੰ ਰਾਜਗਰਗ ਨੰਬਰਦਾਰ ਵੀ ਕਿਹਾ ਜਾਂਦਾ ਆ ਬਠਿੰਡਾ ਸ਼ਹਿਰੀ ਦੇ ਰਹਿਣ ਵਾਲੇ ਨੇ ਉਮਰ 65 ਸਾਲ ਹੈ ਐਂਡ ਜੋ ਸੈਲਫ ਪ੍ਰੋਫੈਸ਼ਨਲ ਹੈ ਉਹ ਹੈ bizness ਕਿਉਂਕਿ ਡਾਇਰੈਕਟਰ ਨੇ ਐਮ ਐਸ ਨੰਬਰ ਦਾ ਦੇਵਰਾਜ ਕਰੀਅਰਸ ਪ੍ਰਾਈਵੇਟ ਲਿਮਟਿਡ ਯਾਨੀ ਕਿ ਕੋਈ ਆ ਟ੍ਰਾਂਸਪੋਰਟ ਦਾ ਕੰਮ ਹੈ ਉਹਦੇ ਵਿੱਚ ਪ੍ਰੋਪਰਾਈਟਰ ਨੇ ਡਾਇਰੈਕਟਰ ਨੇ ਐਂਡ ਐਨ ਡੀ ਆਰ ਸੀ ਲੌਜਿਸਟਿਕਸ ਬਠਿੰਡਾ ਦੇ ਵਿੱਚ ਵਾਈ ਬੀ 파ਟਨਰ ਨੇ ਐਂਡ ਜਾਇਦਾਦ ਦੀ ਗੱਲ ਕਰਾਂ ਤਾਂ 11 ਕਰੋੜ ਦੀਆਂ ਟੋਟਲ ਐਸੈਟ ਹੈ ਐਂਡ ਲਾਇਬਿਲਟੀਜ਼ ਦੀ ਗੱਲ ਕਰਾਂ ਤਾਂ 75 ਲੱਖ ਰੁਪਏ ਦੀਆਂ ਨੇ ਐਜੂਕੇਸ਼ਨ ਦੀ ਗੱਲ ਕਰੀ ਤਾਂ 8ਵੀਂ ਪਾਸ ਨੇ ਅੰਡਰ میٹرਿਕ ਨੇ ਖਾਲਸਾ ਹਾਈ ਸਕੂਲ ਤਲਵੰਡੀ ਸਾਬੋਤੋਂ 1971 ਦੇ ਵਿੱਚ ਅੱਗੇ ਜਿਹੜੀ ਜਾਇਦਾਦ ਹੈ ਸੈਲਫ ਦੇ ਨਾਮ ਤੇ 6 ਕਰੋੜ ਹੈ ਐਂਡ ਸਪਾਊਸ ਦੇ ਨਾਮ ਤੇ ਯਾਨੀ ਕਿ ਵਾਈਫ ਦੇ ਨਾਮ ਤੇ 50 ਲੱਖ ਰੁਪਏ ਹੈ ਬਾਕੀ ਡਿਟੇਲ ਦੇ ਵਿੱਚ ਉਹੀ ਆ ਜਾਂਦੀਆਂ ਚੀਜ਼ਾਂ ਕਿ ਕੁਝ ਵੀ ਜੋ ਕਿ ਡिटੇਲਡ ਚੀਜ਼ਾਂ ਆ ਜਾਂਦੀਆਂ ਨੇ ਕਿ ਕਿੰਨੀ ਜ਼ਮੀਨ ਕਿੱਥੇ ਹੈ ਕਿੰਨੀ ਲੈਂਡ ਕਿੱਥੇ ਹੈ ਉਹ ਕਿਸੇ ਨੇ ਦੇਖਣੀ ਹੈ ਤਾਂ ਉਹ ਵੈਬਸਾਈਟ ਤੋਂ ਦੇਖ ਸਕਦੇ ਆ ਤੇ ਇਹ ਸਾਨੂੰ ਬਠਿੰਡਾ ਦੇ ਜਿਹੜੇ ਚਾਰ ਮੇਨ ਉਮੀਦਵਾਰ ਨੇ ਜੋ ਮੁਕਾਬਲੇ ਦੇ ਵਿੱਚ ਨੇ ਉਹਨਾਂ ਦੀਆਂ ਡਿਟੇਲਸ ਨੇ ਐਂ ਹੋਰ ਕਿਸੇ ਵੀ ਕੈਂਡੀਡੇਟ ਦੀ ਅਗਰ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਵੈਸੇ ਤੁਸੀਂ ਵੈਬਸਾਈਟ ਦੇ ਉੱਪਰ ਦੇਖ ਸਕਦੇ ਹੋ ਇਸ ਤੋਂ ਬਾਅਦ ਆਪਾਂ ਕਿਸੇ ਹੋਰ ਹਲਕੇ ਦੇ ਬਾਰੇ ਗੱਲ ਕਰਾਂਗੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇਣਾ ਜੀ ਧੰਨਵਾਦ